दोस्तों आज की वीडियो में आप गल करेंगे जी पंजाब के पांच वख-वख डिपार्टमेंट में आई बंपर जॉब वैकेंसियों का। तो पूरी गल इस करेंगे की योग्यता की लड़ है, किन्नी टोटल नंबर ऑफ जॉब वैकेंसी ने। दोस्तों एक रिक्वेस्ट है, जो वीडियो बेनीफिशियल लगती है तो प्लीज़ चैनल में सबसक्राइब कर लो, तो वीडियो में लाइक करो। तो जी पहली जॉब वैकेंसी न्यूज़ है वो दोस्तों पंजाब बिजली विभाग डिपार्टमेंट में आई जॉब रिक्रूटमेंट की। योग्यता की गल करिए दोस्तों ग्रैजुएशन पास और पंजाबी नाल दसवीं पास होनी लाजमी वाले कैंडीडेट इसमें अपलाई कर सकते हैं। ये तनखा 35,200 इसकी तनखा दसी गई है और कुल पोस्टा ने जी वो 3 ने। तो आखिरी मिति इसमें अपलाई करने की 19 अगस्त 2020। तो पोस्ट को किमें भरना है दोस्तों, इन्हों की ऑफिशियल वैबसाइट www.pspcl.in पर जाकर रिक्रूटमेंट का सैक्शन थोड़ा मिल जाएगा। उतो इसका फॉर्म डाउनलोड करके ऑफलाइन इस पर सेंड कर सकते हो पोस्ट ऑफिस राही। तो दोस्तों जो कोई भी दिक्कत आती है, कोई भी पोस्ट तुम भरना चाहते हो, वीडियो में अपना नंबर ਅਤੇ ਪੋਸਟ ਦਾ ਨਾਮ ਭਰੋ, ਮੈਂ ਨੈਕਸਟ ਵੀਡੀਓ ਤੁਹਾਡੀ ਉਸ ਰਿਲੇਟਡ ਬਣਾ ਕੇ ਤੁਹਾਨੂੰ ਲਿੰਕ ਸ਼ੇਅਰ ਕਰ ਦਿਆਂ। ਅਤੇ ਸੈਕਿੰਡ ਜੋਬ ਦੀ ਗੱਲ ਕਰੀਏ ਦੋਸਤੋ, IBPS ਬੈਂਕਿੰਗ ਦੀ ਜੋਬ ਹੈ ਦੋਸਤੋ ਇਹ 2020 ਦੀ ਲੇਟੈਸਟ ਰਿਕਰੂਟਮੈਂਟ। ਅਤੇ ਕੁੱਲ ਪੋਸਟਾਂ ਦੀ ਗੱਲ ਕਰੀਏ 1167 ਇਸ ਵਿੱਚ ਪੋਸਟਾਂ ਨੇ। ਅਤੇ ਯੋਗਤਾ ਸਿਰਫ ਗ੍ਰੈਜੂਏਸ਼ਨ ਪਾਸ ਵਾਲੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਨੇ। ਅਤੇ ਉਮਰ ਹੱਦ ਹੈ ਜਿਹੜੀ 20 ਤੋਂ 30 ਸਾਲ ਦੇ ਵਿਚਕਾਰ ਜਿਹੜੇ ਵੀ ਕੈਂਡੀਡੇਟ ਇਸ ਨੂੰ ਫੋਰਮ ਨੂੰ ਭਰ ਸਕਦੇ ਨੇ। ਅਤੇ ਫੀਸ 175 ਰੁਪਏ ਇਸ ਦੀ ਅਪਲਾਈ ਕਰਨ ਦੀ ਫੀਸ ਹੈ। ਅਤੇ ਅਪਲਾਈ ਕਿਵੇਂ ਕਰਨਾ ਹੈ, www.ibps.in 'ਤੇ ਜਾ ਕੇ ਇਹਨਾਂ ਦਾ ਆਪਸ਼ਨ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗਾ। ਅਤੇ ਨੈਕਸਟ ਜੋਬ ਦੀ ਗੱਲ ਕਰੀਏ ਦੋਸਤੋ, ਪੰਜਾਬ ਮੈਡੀਕਲ ਸਟਾਫ ਵਿੱਚ ਆਈਆਂ ਨੌਕਰੀਆਂ। ਇਹ ਕੁੱਲ ਪੋਸਟਾਂ 3,966 ਦੇ ਲਗਭਗ ਇਹ ਪੋਸਟਾਂ ਨੇ। ਅਤੇ ਯੋਗਤਾ ਦੀ ਗੱਲ ਕਰੀਏ 10ਵੀਂ 12ਵੀਂ ਗ੍ਰੈਜੂਏਸ਼ਨ ANM GNM ਨਰਸਿੰਗ ਅਤੇ ਡਿਪਲੋਮਾ ਇਹਨਾਂ ਨੇ ਕੈਂਡੀਡੇਟਾਂ ਨੇ ਕੀਤਾ ਹੈ, ਉਹ ਉਸਨੂੰ ਪੋਸਟ ਨੂੰ ਅਪਲਾਈ ਕਰ ਸਕਦੇ ਨੇ। ਅਤੇ ਤਨਖਾਹ ਦੀ ਗੱਲ ਕਰੀਏ 12,300 ਤੋਂ ਲੈ ਕੇ 54,000 ਤੱਕ ਸੈਲਰੀ ਇਸ ਵਿੱਚ ਚਲੀ ਜਾਂਦੀ ਹੈ। ਅਤੇ ਪੋਸਟ ਕਿਵੇਂ ਭਰਨਾ ਹੈ ਦੋਸਤੋ, pvhealth.gov.in 'ਤੇ ਤੁਹਾਨੂੰ ਇਸਦਾ ਆਫਿਸ਼ੀਅਲ ਨੋਟੀਫਿਕੇਸ਼ਨ ਮਿਲ ਜਾਵੇਗਾ। ਅਤੇ ਦੋਸਤੋ ਨੈਕਸਟ ਜਿਹੜੀ ਜੋਬ ਰਿਕਰੂਟਮੈਂਟ ਆ ਉਹ ਕੇਂਦਰੀ ਵਿਸ਼ਵ ਵਿਦਿਆਲਿਆ TGD ਅਤੇ PGT ਭਰਤੀ ਹੈ ਦੋਸਤੋ। ਇਹ ਟੀਚਰ ਦੀ ਜੋਬ ਨੇ। ਅਤੇ ਟੋਟਲ ਪੋਸਟ ਦੀ ਗੱਲ ਕਰੀਏ ਤਾਂ 6,000+ ਪੋਸਟਾਂ ਨੇ ਇਸ ਵਿੱਚ। ਅਤੇ ਜੋਬ ਲੋਕੇਸ਼ਨ ਆਲ ਇੰਡੀਆ ਵਿੱਚ ਤੁਹਾਨੂੰ ਇਹ ਜੋਬ ਕਿਤੇ ਵੀ ਮਿਲ ਸਕਦੇ ਆ। ਇਲੀਜੀਬਿਲਟੀ BEd, MA, BSc, MSc ਅਤੇ BTech ਵਾਲੇ ਕੈਂਡੀਡੇਟਸ ਨੂੰ ਅਪਲਾਈ ਕਰ ਸਕਦੇ ਨੇ। ਅਤੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਦੋਸਤੋ 1,000 ਤੋਂ ਲੈ ਕੇ 1,500 ਰੁਪਏ ਤੱਕ ਇਸਦੀ ਐਪਲੀਕੇਸ਼ਨ ਫੀਸ ਹੈ ਇਸਨੂੰ ਅਪਲਾਈ ਕਰਨ ਦੀ। ਅਤੇ ਅਪਲਾਈ ਕਿਵੇਂ ਕਰਨਾ, ਇਹ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਹੈ www.kvssangathan.nic.in 'ਤੇ ਜਾ ਕੇ ਤੁਸੀਂ ਇਹਨਾਂ ਦਾ ਆਫਿਸ਼ੀਅਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ। ਦੋਸਤੋ ਜੇ ਇਹਨਾਂ ਵਿੱਚੋਂ ਕੋਈ ਵੀ ਪੋਸਟ ਤੁਸੀਂ ਫਿਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗਾ। ਅਤੇ ਨੈਕਸਟ ਜੋਬ ਦੀ ਗੱਲ ਕਰੀਏ ਦੋਸਤੋ, ਸਭ ਤੋਂ ਇੰਡੀਆ ਦੀ ਸਭ ਤੋਂ ਬੈਸਟ ਜੋਬ ਜਿਹੜੀ ਮੈਨੂੰ ਲੱਗਦੀ ਆ, ਯੂਨੀਅਨ ਪਬਲਿਕ ਕਮਿਸ਼ਨ UPSC ਦੀ 2020 ਦੀ ਰਿਕਰੂਟਮੈਂਟ ਹੈ। ਇਹ ਕੁੱਲ ਪੋਸਟਾਂ ਦੀ ਗੱਲ ਕਰੀਏ ਦੋਸਤੋ, 344 ਪੋਸਟਾਂ ਨੇ। ਨੈਵੀ ਅਤੇ ਆਰਮੀ ਵਿੱਚ ਇਹ ਜੋਬ ਤੁਹਾਨੂੰ ਮਿਲੇਗੀ। ਅਤੇ ਯੋਗਤਾ ਗ੍ਰੈਜੂਏਸ਼ਨ ਅਤੇ ਇੰਜੀਨੀਅਰਿੰਗ ਦੀ ਡਿਗਰੀ ਜਿਨ੍ਹਾਂ ਕੋਲ ਹੈ ਉਹ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਨੇ। ਉਮਰ ਹੱਦ ਦੀ ਗੱਲ ਕਰੀਏ ਦੋਸਤੋ, 18 ਤੋਂ ਲੈ ਕੇ 24 ਸਾਲ ਦੇ ਵਿੱਚ ਦੇ ਜਿਹੜੇ ਵੀ ਕੈਂਡੀਡੇਟ ਨੇ ਉਹ ਇਸ ਨੂੰ ਅਪਲਾਈ ਕਰ ਸਕਦੇ ਨੇ। ਅਤੇ ਇਸ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਦੀ ਗੱਲ ਕਰੀਏ ਤਾਂ 25 ਅਗਸਤ 2020 ਹੈ। ਅਤੇ ਫੀਸ ਜਰਨਲ ਲਈ 200 ਰੁਪਏ ਹੈ, ਜਰਨਲ ਅਤੇ OBC ਕੈਂਡੀਡੇਟ ਲਈ 200 ਰੁਪਏ ਫੀਸ ਲੱਗੇਗੀ ਅਤੇ SC ST ਵਾਸਤੇ ਇਸਦੀ ਕੋਈ ਫੀਸ ਨਹੀਂ ਹੈ। ਜੇ ਅਪਲਾਈ ਕਰਨਾ ਚਾਹੁੰਦੇ ਹੋ ਦੋਸਤੋ, ਇਹਨਾਂ ਦਾ ਆਪਸ਼ਨ ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜੂ ਅਤੇ UPSC.gov.in 'ਤੇ ਜਾ ਕੇ ਤੁਸੀਂ ਇਹ ਅਪਲਾਈ ਕਰ ਸਕਦੇ ਹੋ। ਅਗਰ ਦੋਸਤੋ ਇੱਕ ਰਿਕੁਐਸਟ ਹੈ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਤਾਂ ਪਲੀਜ਼ ਸ਼ੇਅਰ ਕਰ ਲਿਓ ਅਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ।